ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਮੇਰਾ ਨਾਮ ਅਰਸ਼ਦੀਪ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਸਰਕਾਰ ਦੀ ਇੱਕ ਪਾਲਿਸੀ ਬਾਰੇ ਗੱਲ ਕਰਨੀ ਹੈ, ਜਿਹਦਾ ਨਾਮ ਹੈ ਨੈਸ਼ਨਲ ਪਾਲਿਸੀ ਔਨ ਬਾਇਓਫਿਊਲ। ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਹਰ ਦਿਨ ਟ੍ਰੈਫਿਕ ਵੱਧ ਰਿਹਾ ਹੈ ਤੇ ਵੱਧਦੇ ਟ੍ਰੈਫਿਕ ਕਰਕੇ ਜਿਹੜਾ ਪੋਲਿਊਸ਼ਨ ਦਾ ਲੈਵਲ ਹੈ ਉਹ ਵੀ ਵੱਧ ਰਿਹਾ। ਸੋ ਸਰਕਾਰ ਨੇ ਇੱਕ ਉਪਰਾਲਾ ਕੱਢਿਆ ਵੀ ਜਿਹੜਾ ਇਹਨਾਂ ਵਹੀਕਲ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਪੈਂਦਾ ਹੈ ਉਹਦੇ ਵਿੱਚ ਕਿਉਂ ਨਾ ਆਪਾਂ ਮਤਲਬ ਬਾਇਓਫਿਊਲ ਦੀ ਬ੍ਰਾਂਡਿੰਗ ਕਰ ਦਈਏ, ਤਾਂ ਕਿ ਜਿਹੜਾ ਪੋਲਿਊਸ਼ਨ ਉਹ ਕ੍ਰੀਏਟ ਕਰਦੇ ਨੇ ਉਹਨੂੰ ਇੱਕ ਹੱਦ ਤੱਕ ਘਟਾਇਆ ਜਾ ਸਕੇ। ਸੋ ਸਰਕਾਰ ਨੇ ਇਹ ਪਾਲਿਸੀ ਲਾਂਚ ਕਰੀ ਜਿਹਦਾ ਨਾਮ ਹੈ ਨੈਸ਼ਨਲ ਬਾਇਓਫਿਊਲ ਪਾਲਿਸੀ ਜਾਂ ਨੈਸ਼ਨਲ ਪਾਲਿਸੀ ਔਨ ਬਾਇਓਫਿਊਲ। ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਕੁਐਸਚਨ ਕਰਦੇ ਹਾਂ। ਇਹ ਕਹਿੰਦੇ ਵਿਚ ਸਟੇਟ ਹੈਜ਼ ਬਿਕਮ ਫਸਟ ਇੰਡੀਅਨ ਸਟੇਟ ਟੂ ਇੰਪਲੀਮੈਂਟ ਦ ਨੈਸ਼ਨਲ ਪਾਲਿਸੀ ਔਨ ਬਾਇਓਫਿਊਲ। ਇੰਡੀਆ ਦੀ ਕਿਹੜੀ ਸਟੇਟ ਪਹਿਲੀ ਸਟੇਟ ਬਣੀ ਹੈ ਜਿਹਨੇ ਇਸ ਪਾਲਿਸੀ ਨੂੰ ਇੰਪਲੀਮੈਂਟ ਕਰਿਆ? ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਜਾਂ ਗੁਜਰਾਤ? ਸੋ ਇਹਦਾ ਆਨਸਰ ਹੈ ਜੀ ਰਾਜਸਥਾਨ। ਰਾਜਸਥਾਨ ਪਹਿਲੀ ਸਟੇਟ ਬਣ ਗਿਆ ਇੰਡੀਆ ਦੀ ਜਿਹਨੇ ਇਸ ਪਾਲਿਸੀ ਨੂੰ ਇੰਪਲੀਮੈਂਟ ਕਰਿਆ। ਹੁਣ ਨਿਊਜ਼ ਦੇ ਵਿੱਚ ਕਿਉਂ ਹੈ? 2018 ਦੇ ਵਿੱਚ ਪਿਛਲੇ ਸਾਲ ਇਹ ਪਾਲਿਸੀ ਨੂੰ ਲਾਂਚ ਕਰਿਆ ਸੀਗਾ ਸਰਕਾਰ ਨੇ, ਤੇ ਹੁਣ ਇਹਨਾਂ ਨੇ ਟਾਰਗੇਟ ਸੈੱਟ ਕਰੇ ਨੇ ਵੀ ਅਸੀਂ ਪੈਟਰੋਲ ਦੇ ਵਿੱਚ 20% ਈਥੇਨੋਲ ਦੀ ਬਲੈਂਡਿੰਗ ਕਰਨੀ ਹੈ ਤੇ ਡੀਜ਼ਲ ਦੇ ਵਿੱਚ 5% ਬਾਇਓਡੀਜ਼ਲ ਦੀ ਬਲੈਂਡਿੰਗ ਕਰਨੀ ਹੈ 2030 ਤੱਕ। ਅੱਛਾ, ਇਹ ਬਲੈਂਡਿੰਗ ਕਰਨ ਦਾ ਫਾਇਦਾ ਕੀ ਹੈ? ਦੇਖੋ, ਜਿਹੜਾ ਬਾਇਓਡੀਜ਼ਲ ਹੈ ਨਾ ਇਹ ਕੰਪਲੀਟਲੀ ਬਰਨ ਹੋ ਜਾਂਦਾ, ਠੀਕ ਹੈ? ਇਹਦੇ ਨਾਲ ਪੋਲਿਊਸ਼ਨ ਨਹੀਂ ਕ੍ਰੀਏਟ ਹੁੰਦਾ ਬਾਇਓਡੀਜ਼ਲ ਨਾਲ, ਬਾਇਓਫਿਊਲ ਨਾਲ, ਠੀਕ ਹੈ? ਵੇਅਰ ਆ ਜਿਹੜਾ, ਜੇ ਆਪਾਂ ਪੈਟਰੋਲ ਤੇ ਡੀਜ਼ਲ ਦੀ ਗੱਲ ਕਰੀਏ ਤਾਂ ਉਹ ਕੰਪਲੀਟਲੀ ਬਰਨ ਨਹੀਂ ਹੁੰਦੇ, ਕੁਝ ਕੁ ਹਿੱਸਾ ਉਹਨਾਂ ਦਾ ਰਹਿ ਜਾਂਦਾ ਜਿਹੜਾ ਬਰਨ ਨਹੀਂ ਹੁੰਦਾ, ਠੀਕ ਹੈ? ਟੋਟਲੀ 100% ਕੰਬਸਟੀਬਲ ਉਹ ਨਹੀਂ ਹੁੰਦੇ। ਸੋ ਤਾਂ ਕਰਕੇ ਇਹਨਾਂ ਦੀ ਮਤਲਬ ਬਲੈਂਡਿੰਗ ਕਰਨ, ਤਾਂ ਕਿ ਇਹ ਬਲੈਂਡਿੰਗ ਤਾਂ ਕਰਨਾ ਚਾਹੁੰਦੇ ਨੇ ਵੀ ਜਿਹੜਾ ਪੋਲਿਊਸ਼ਨ ਦਾ ਲੈਵਲ ਆ ਉਹ ਘੱਟ ਸਕੇ, ਠੀਕ ਹੈ? ਕਿਉਂਕਿ ਇਹ ਜਿਹੜੇ ਬਾਇਓਫਿਊਲ ਨੇਗੇ ਇਹ ਕੰਪਲੀਟਲੀ ਬਰਨ ਹੋ ਜਾਂਦੇ ਨੇ। ਸੋ ਇਹਨਾਂ ਨੇ ਇਹ ਟਾਰਗੇਟ ਸੈੱਟ ਕਰੇ ਨੇ, 20% ਪੈਟਰੋਲ ਦੇ ਵਿੱਚ ਇਹਨਾਂ ਨੇ ਈਥੇਨੋਲ ਬਲੈਂਡ ਕਰਨੀ ਹੈ ਤੇ ਡੀਜ਼ਲ ਦੇ ਵਿੱਚ 5% ਬਾਇਓਡੀਜ਼ਲ ਬਲੈਂਡ ਕਰਨਾ ਹੈ 2030 ਤੱਕ। ਜੇ ਇਸ ਪਾਲਿਸੀ ਦੇ ਆਪਾਂ ਸੇਲੀਅੰਟ ਫੀਚਰਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਗੱਲ, ਇਹਨਾਂ ਨੇ ਬਾਇਓਫਿਊਲ ਨੂੰ 3 ਕੈਟਾਗਰੀਜ਼ ਦੇ ਵਿੱਚ ਕਲਾਸੀਫਾਈ ਕਰਿਆ। ਸਭ ਤੋਂ ਪਹਿਲੇ ਤਾਂ ਆ ਗਏ ਜੀ ਬੇਸਿਕ ਬਾਇਓਫਿਊਲ, ਫਸਟ ਜਨਰੇਸ਼ਨ ਬਾਇਓਫਿਊਲ, ਠੀਕ ਹੈ? ਇਹਦੇ ਵਿੱਚ ਬਾਇਓ ਈਥੇਨੋਲ ਹੋ ਗਈ, ਬਾਇਓਡੀਜ਼ਲ ਹੋ ਗਿਆ, ਐਡਵਾਂਸ ਬਾਇਓਫਿਊਲਸ ਹੋ ਗਏ। ਸੈਕਿੰਡ ਜਨਰੇਸ਼ਨ ਬਾਇਓਫਿਊਲ ਦੇ ਵਿੱਚ ਈਥੇਨੋਲ ਆ ਗਿਆ, ਮਿਊਨਸੀਪਲ ਸੋਲਿਡ ਵੇਸਟ ਆ ਗਿਆ, ਠੀਕ ਹੈ? ਡ੍ਰੌਪ ਇਨ ਫਿਊਲਸ ਆ ਗਿਆ, 2G ਈਥੇਨੋਲ, ਈਥੇਨੋਲ ਜੇ ਆਪਾਂ 2G ਈਥੇਨੋਲ ਦੇ ਨਾਮ ਨਾਲ ਜਾਣਦੇ, ਠੀਕ ਹੈ? ਜਿਹਦਾ ਪਲਾਂਟ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਲੱਗਣਾ, 2G ਈਥੇਨੋਲ ਦਾ ਪਲਾਂਟ, ਠੀਕ ਹੈ? ਉਹ ਸੈਕਿੰਡ ਜਨਰੇਸ਼ਨ ਬਾਇਓਫਿਊਲ ਹੈ। ਥਰਡ ਜਨਰੇਸ਼ਨ ਬਾਇਓਫਿਊਲ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਬਾਇਓ CNG ਆ ਗਿਆ, ਐਲਗੀ ਵੇਸਟ ਬਾਇਓਫਿਊਲ ਆ ਗਏ, ਠੀਕ ਹੈ? ਜਿਹੜੇ ਐਲਗੀ ਤੋਂ ਬਣਦੇ ਨੇ ਉਹ ਸਾਰੇ ਥਰਡ ਜਨਰੇਸ਼ਨ ਬਾਇਓਫਿਊਲ ਦੇ ਵਿੱਚ ਆ ਗਏ। ਹੁਣ ਰਾਅ ਮਟੀਰੀਅਲ ਦਾ ਸਕੋਪ ਇਸ ਪਾਲਿਸੀ ਦੇ ਥਰੂ ਕਿਵੇਂ ਮਤਲਬ ਇਨਕਰੀਜ਼ ਹੁੰਦਾ ਹੈ? ਦੇਖੋ, ਅੱਗੇ ਜਿਹੜਾ ਫਸਲਾਂ ਦਾ ਰਾਅ ਮਟੀਰੀਅਲ ਵਗੈਰਾ ਹੁੰਦਾ ਸੀਗਾ ਉਹ ਤਾਂ ਵੇਸਟ ਜਾਂਦਾ ਸੀਗਾ, ਬਟ ਜਿਹੜਾ ਉਹ ਰਾਅ ਮਟੀਰੀਅਲ ਹੈ, ਫੋਰ ਐਗਜ਼ਾਮਪਲ ਕੋਰਨ ਦਾ ਹੋ ਗਿਆ, ਸ਼ੂਗਰ ਬੀਟ ਹੋ ਗਈ, ਸ਼ੂਗਰ ਹੋ ਗਈ, ਸ਼ੂਗਰ ਕੇਨ ਜੂਸ ਹੋ ਗਿਆ, ਠੀਕ ਹੈ, ਸਵੀਟ ਸੋਰਗਮ ਹੋ ਗਿਆ, ਸਟਾਰਚ ਹੋ ਗਿਆ, ਰੋਟਨ ਪੋਟੈਟੋਜ਼ ਹੋ ਗਏ, ਬ੍ਰੋਕਨ ਰਾਈਸ ਹੋ ਗਿਆ, ਇਹ ਸਾਰੇ ਅੱਗੇ ਤਾਂ ਵੇਸਟ ਪ੍ਰੋਡਕਟ ਦੇ ਵਿੱਚ ਜਾਂਦੇ ਸੀਗੇ, ਬਟ ਹੁਣ ਇਹਨਾਂ ਸਾਰਿਆਂ ਨੂੰ ਵਰਤੋਂ ਦੇ ਵਿੱਚ ਲੈ ਜਾਊਗਾ ਤੇ ਇਹਨਾਂ ਤੋਂ ਬਾਇਓਫਿਊਲ ਬਣਾਇਆ ਜਾਊਗਾ। ਸੋ ਜਿਹੜਾ ਵੇਸਟ ਰਾਅ ਮਟੀਰੀਅਲ ਹੁੰਦਾ ਸੀਗਾ ਉਹਦੇ ਤੋਂ ਹੁਣ ਬਾਇਓਫਿਊਲ ਵਧਾਇਆ ਜਾਊਗਾ, ਤਾਂ ਕਿ ਜਿਹੜੀ ਉਹਦੀ ਵੇਸਟੇਜ ਹੈ ਉਹਨੂੰ ਕੰਮ ਦੇ ਵਿੱਚ ਲਿਆ ਜਾ ਸਕੇ। ਤੀਸਰਾ ਪੁਆਇੰਟ ਆ ਗਿਆ ਜੀ, ਇਹ ਕਹਿੰਦੇ ਫਾਰਮਰਸ ਦੀ ਪ੍ਰੋਟੈਕਸ਼ਨ। ਅੱਛਾ, ਇਹ ਕਹਿੰਦੇ ਫਾਰਮਰ ਜਿਹੜਾ ਅੱਗੇ ਸਰਪਲਸ ਫੂਡ ਗ੍ਰੇਨ ਪ੍ਰੋਡਿਊਸ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦਾ ਐਪਰੋਪਰੀਏਟ ਪ੍ਰਾਈਸ ਨਹੀਂ ਮਿਲਦਾ ਸੀਗਾ, ਬਟ ਇਸ ਪਾਲਿਸੀ ਜੇ ਇੰਪਲੀਮੈਂਟ ਹੁੰਦੀ ਹੈ ਪ੍ਰੋਪਰਲੀ ਤਾਂ ਇਹਦੇ ਨਾਲ ਜਿਹੜੇ ਫਾਰਮਰਸ ਨੇਗੇ, ਕਿਸਾਨ ਨੇਗੇ, ਉਹਨਾਂ ਜਿਹੜਾ ਸਰਪਲਸ ਫੂਡ ਗ੍ਰੇਨ ਹੋਊਗਾ ਉਹਦੇ ਤੋਂ ਜਿਹੜੀ ਈਥੇਨੋਲ ਦੀ ਬਲੈਂਡਿੰਗ ਮਤਲਬ ਬਾਇਓਫਿਊਲ ਪ੍ਰੋਡਿਊਸ ਕਰਿਆ ਜਾਊਗਾ, ਠੀਕ ਹੈ? ਤਾਂ ਕਿ ਜਿਹੜਾ ਉਹਨਾਂ ਦਾ ਸਰਪਲਸ ਫੂਡ ਗ੍ਰੇਨ ਹੈ ਉਹ ਵੇਸਟ ਨਾ ਜਾਵੇ, ਉਹ ਵੀ ਸਰਕਾਰ ਖਰੀਦ ਸਕੇ, ਠੀਕ ਹੈ? ਹੁਣ ਇਹ ਕਹਿੰਦੇ ਬੂਸਟ ਟੂ ਬਾਇਓਡੀਜ਼ਲ ਪ੍ਰੋਡਕਸ਼ਨ। ਅੱਛਾ, ਹੁਣ ਬਾਇਓਡੀਜ਼ਲ ਬਣਾਉਣਗੇ ਕਿਤੋਂ? ਇਹ ਬਣਾਉਣਗੇ ਜੀ ਨੋਨ ਐਡੀਬਲ ਆਇਲ ਸੀਡਸ ਤੋਂ ਹੋਗੇ, ਠੀਕ ਹੈ? ਯੂਜ਼ਡ ਕੁਕਿੰਗ ਆਇਲ ਹੋਗਾ, ਠੀਕ ਹੈ? ਸੋ ਇਹਦਾ ਜਿਹੜਾ ਬਾਇਓਡੀਜ਼ਲ ਦੀ ਪ੍ਰੋਡਕਸ਼ਨ ਹੈਗੀ ਉਹਨੂੰ ਕਾਫੀ ਜ਼ਿਆਦਾ ਬੂਸਟ ਮਿਲੂਗਾ, ਠੀਕ ਹੈ? ਕਾਫੀ ਜ਼ਿਆਦਾ ਵੇਰੀਅਸ ਇੰਡਸਟਰੀ ਸੈਟਅਪ ਹੋਣਗੇ ਆਪਣੇ ਇੰਡੀਆ ਦੇ ਵਿੱਚ, ਠੀਕ ਹੈ? ਹੁਣ ਇਸ ਪਾਲਿਸੀ ਦੇ ਜਿਹੜੇ ਬੈਨੀਫਿਟਸ ਨੇ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾ ਬੈਨੀਫਿਟ ਇਹਨਾਂ ਦੱਸਿਆ ਜੀ ਇੰਪੋਰਟ ਡਿਪੈਂਡੈਂਸੀ ਘਟੂਗੀ ਆਪਣੇ ਇੰਡੀਆ ਦੀ। ਅੱਛਾ, ਆਪਾਂ ਨੂੰ ਇਹ ਗੱਲ ਪਤਾ ਹੈ ਵੀ ਆਪਣੀ ਕੰਟਰੀ ਆਇਲ ਰਿਚ ਨੇਸ਼ਨ ਨਹੀਂ ਹੈਗਾ, ਆਪਾਂ ਆਪਣਾ ਜਿਹੜਾ ਆਇਲ ਮੋਸਟਲੀ ਮੰਗਵਾਉਣਾ ਉਹ ਗਲਫ ਨੇਸ਼ਨ ਤੋਂ ਇੰਪੋਰਟ ਕਰਵਾਉਣਾ, ਠੀਕ ਹੈ? ਸੋ ਇਹਦੇ ਨਾਲ ਜਿਹੜੇ ਪਾਲਿਸੀ ਲਾਂਚ ਹੁੰਦੀ ਹੈ ਪ੍ਰੋਪਰਲੀ ਤਾਂ ਇਹਦੇ ਨਾਲ ਆਪਣੇ ਇੰਡੀਆ ਦੀ ਜਿਹੜੇ ਆਇਲ ਆਪਾਂ ਇੰਪੋਰਟ ਕਰਵਾਉਣਾ ਉਹਦੇ ਉੱਪਰ ਡਿਪੈਂਡੈਂਸੀ ਘਟੂਗੀ। ਕਿਉਂ? ਅੱਗੇ ਤਾਂ ਆਪਾਂ ਫਰਜ਼ ਕਰੋ 1 ਲੀਟਰ ਦਾ ਮਤਲਬ 100% ਆਪਾਂ ਫਿਊਲ ਮੰਗਵਾਉਂਦੇ ਸੀਗੇ, ਬਟ ਜੇ ਆਪਾਂ ਹੁਣ ਉਸ ਫਿਊਲ ਦੇ ਵਿੱਚ 20% ਈਥੇਨੋਲ ਜਾਂ ਬਾਇਓਫਿਊਲ ਦੀ ਬਲੈਂਡਿੰਗ ਕਰਦੇ ਹਾਂ ਤਾਂ ਆਪਣੀ 20% ਜਿਹੜੀ ਡਿਮਾਂਡ ਹੈਗੀ ਉਹ ਤਾਂ ਘਟੂਗੀ, ਠੀਕ ਹੈ? ਸੋ ਆਪਣੀ ਇੰਪੋਰਟ ਡਿਪੈਂਡੈਂਸੀ ਦੇ ਉੱਪਰ ਫਰਕ ਪਊਗਾ, ਠੀਕ ਹੈ? ਦੂਜਾ ਬੈਨੀਫਿਟ ਕੀ ਹੈ? ਕਲੀਨਰ ਇਨਵਾਇਰਮੈਂਟ। ਅੱਛਾ, ਕਲੀਨਰ ਇਨਵਾਇਰਮੈਂਟ ਤੋਂ ਭਾਵ ਜਿਹੜੇ ਅੱਗੇ ਆਪਾਂ ਦੇਖੋ ਜਿਹੜੇ ਕਿਸਾਨ ਨੇਗੇ ਉਹ ਜਿਹੜੀ ਫਸਲਾਂ ਦਾ ਰੈਜ਼ੀਡਿਊ ਹੁੰਦਾ ਉਹਨੂੰ ਅੱਗ ਲਗਾ ਦਿੰਦੇ ਨੇ, ਠੀਕ ਹੈ?
ਸੋ ਉਹ ਤਾਂ ਵੇਸਟ ਦੇ ਵਿੱਚ ਜਾਂਦਾ ਸੀਗਾ ਤੇ ਫਾਰਮਰ ਉਹਨੂੰ ਅੱਗ ਲਗਾ ਦਿੰਦੇ ਸੀਗੇ, ਜਿਵੇਂ ਆਪਣੀ ਜੀਰੀ ਦਾ ਹੋ ਗਿਆ, ਜੀਰੀ ਦਾ ਪੈਡੀ ਸਟਰੋ ਹੋ ਗਿਆ, ਸਟਬਲ ਹੋ ਗਈ, ਠੀਕ ਹੈ, ਉਹਨੂੰ ਤਾਂ ਅੱਗੇ ਕਿਸਾਨ ਅੱਗ ਲਾ ਦਿੰਦੇ ਸੀਗੇ, ਬਟ ਹੁਣ ਜਿਹੜੀ ਉਹ ਪਰਾਲੀ ਹੋਊਗੀ ਉਹਨੂੰ ਵਰਤੋਂ ਦੇ ਵਿੱਚ ਲਿਆ ਜਾਊਗਾ, ਠੀਕ ਹੈ। ਪਰਾਲੀ ਤੋਂ ਮਤਲਬ ਬਾਇਓਫਿਊਲ ਬਣਾਉਣ ਦਾ ਇੱਕ ਪਲਾਂਟ ਲੱਗ ਰਿਹਾ ਆਪਣੇ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ, ਠੀਕ ਹੈ, ਮਤਲਬ ਪੈਡੀ ਸਟਰੋ ਤੋਂ 2G ਇਥੇਨੋਲ ਬਣਾਉਣ ਦਾ ਪਲਾਂਟ ਲੱਗ ਰਿਹਾ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ, ਠੀਕ ਹੈ। ਸੋ ਉਹ ਪਰਾਲੀ ਨੂੰ ਵਰਤੋਂ ਦੇ ਵਿੱਚ ਲਿਆ ਜਾਊਗਾ, ਠੀਕ ਹੈ, ਤੇ ਇਹ ਆਪਣੀ ਇਨਵਾਇਰਮੈਂਟ ਦੇ ਲਈ ਵੀ ਚੰਗਾ, ਠੀਕ ਹੈ। ਹੈਲਥ ਬੈਨੀਫਿਟਸ ਕੀ ਨੇ? ਦੇਖੋ, ਜਿਹੜਾ ਯੂਜ਼ਡ ਕੁਕਿੰਗ ਆਇਲ ਹੁੰਦਾ, ਜਿਹੜਾ ਆਇਲ ਬਾਰ ਬਾਰ ਵਰਤੋਂ ਦੇ ਵਿੱਚ ਲਿਆ ਜਾਵੇ, ਠੀਕ ਹੈ, ਉਹਨੂੰ ਹੁਣ ਬਾਇਓਫਿਊਲ ਬਣਾਉਣ ਦੇ, ਬਾਇਓ ਡੀਜ਼ਲ ਬਣਾਉਣ ਦੇ ਲਈ ਵਰਤਿਆ ਜਾਊਗਾ, ਠੀਕ ਹੈ, ਤੇ ਇਹਦੇ ਨਾਲ ਹੈਲਥ ਜਿਹੜੀ ਹੈਲਥ ਦੇ ਆਪਣੇ ਜਿਹੜੇ ਹੈਜ਼ਰਡਸ ਹੁੰਦੇ ਨੇ ਉਹ ਘਟਣਗੇ, ਠੀਕ ਹੈ, ਤੇ ਹੈਲਥ ਦੇ ਬੈਨੀਫਿਟਸ ਹੋਣਗੇ। ਦੇਖ ਕਿਵੇਂ, ਦੇਖੋ ਅੱਗੇ ਜਿਹੜਾ ਜਿਹੜਾ ਫੈਕਟਰੀ ਇੰਡਸਟਰੀ ਦੇ ਵਿੱਚ ਜਿਹੜਾ ਆਇਲ ਵਰਤਿਆ ਜਾਂਦਾ, ਠੀਕ ਹੈ, ਪ੍ਰੋਡਕਟਸ ਨੂੰ ਬਣਾਉਣ ਦੇ ਲਈ, ਉਹ ਵਾਰ ਵਾਰ ਉਹ ਆਇਲ ਯੂਜ਼ ਕਰਦੇ ਰਹਿੰਦੇ ਸੀਗੇ, ਤੇ ਉਹਨਾਂ ਕੋਲ ਕੋਈ ਆਪਸ਼ਨ ਵੀ ਨਹੀਂ ਸੀਗੇ ਹੋਰ। ਸੋ ਹੁਣ ਉਹਨਾਂ ਨੂੰ ਆਪਸ਼ਨ ਮਿਲ ਗਈ, ਉਹ ਜਿਹੜਾ ਵਰਤਿਆ ਹੋਇਆ ਤੇਲ ਹੋਊਗਾ ਉਹਦੇ ਤੋਂ ਬਾਇਓ ਡੀਜ਼ਲ ਬਣਾਇਆ ਜਾਊਗਾ, ਠੀਕ ਹੈ। ਸੋ ਇਹਦੇ ਨਾਲ ਹੈਲਥ ਦੇ ਆਪਣੇ ਚੰਗੇ ਬੈਨੀਫਿਟਸ ਅਵੇਲੇਬਲ ਹੋਣਗੇ, ਠੀਕ ਹੈ। ਅਗਲਾ ਹੈ ਜੀ ਇੰਪਲੋਇਮੈਂਟ ਜਨਰੇਸ਼ਨ, ਠੀਕ ਹੈ। ਹੁਣ ਬਾਇਓ ਜਿਹੜੇ ਬਾਇਓਫਿਊਲ ਪ੍ਰੋਡਿਊਸ ਕਰਨ ਦੇ ਲਈ ਪਲਾਂਟਸ ਲੱਗਣਗੇ, ਰਿਫਾਇਨਰੀਆਂ ਲੱਗਣਗੇ, ਠੀਕ ਹੈ, ਉਹਦੇ ਨਾਲ ਕਾਫੀ ਜ਼ਿਆਦਾ ਜੋਬਸ ਕ੍ਰੀਏਟ ਵੀ ਹੋਣਗੇ, ਠੀਕ ਹੈ। ਆਪਣੇ ਜੇ ਫਰਜ਼ ਕਰੋ ਪੰਜਾਬ ਦੇ ਵਿੱਚ ਪਲਾਂਟ ਲੱਗਦਾ ਤਾਂ ਉਹਦੇ ਵਿੱਚ ਵੀ ਮਤਲਬ ਇੰਪਲੋਇਮੈਂਟ ਜਨਰੇਸ਼ਨ ਹੋਊਗੀ ਕਾਫੀ, ਮਤਲਬ ਜੇ ਪਲਾਂਟ ਲੱਗੂਗਾ, ਠੀਕ ਹੈ, ਤਾਂ ਇੰਪਲੋਇਮੈਂਟ ਜਨਰੇਸ਼ਨ ਵੀ ਹੋਊਗੀ। ਅੱਛਾ, ਹੁਣ ਕਹਿੰਦੇ ਐਡੀਸ਼ਨਲ ਇਨਕਮ ਟੂ ਫਾਰਮਰ, ਠੀਕ ਹੈ। ਅੱਛਾ, ਜੇ 2G ਟੈਕਨੋਲੋਜੀ ਆਪਾਂ ਇਹ ਅਡੋਪਟ ਕਰਦੇ, ਠੀਕ ਹੈ, ਤਾਂ ਐਗਰੀਕਲਚਰ ਜਿਹੜਾ ਰੈਜ਼ੀਡਿਊ ਹੋ ਗਿਆ, ਵੇਸਟ ਹੋ ਗਿਆ, ਜਿਹੜਾ ਅਦਰਵਾਈਜ਼ ਮਤਲਬ ਜਿਨ੍ਹਾਂ ਨੂੰ ਫਾਰਮਰਸ ਅੱਗੇ ਤਾਂ ਅੱਗ ਲਗਾ ਦਿੰਦੇ ਸੀਗੇ ਉਹਨੂੰ ਇਥੇਨੋਲ ਦੇ ਵਿੱਚ ਕਨਵਰਟ ਕਰਿਆ ਜਾਊਗਾ। ਇਹ ਮੈਂ ਪਿੱਛੇ ਪੜ੍ਹਾ ਚੁੱਕਿਆ ਤੁਹਾਨੂੰ ਵੀ ਜਿਹੜਾ ਮਤਲਬ ਜਿਹੜਾ ਫਸਲਾਂ ਦਾ ਜਿਹੜਾ ਵੇਸਟ ਪ੍ਰੋਡਕਟ ਹੁੰਦਾ ਪਰਾਲੀ ਹੁੰਦੀ ਹੈਗੀ, ਠੀਕ ਹੈ, ਉਹਨੂੰ ਹੁਣ ਅੱਗੇ ਤਾਂ ਵੇਸਟ ਹੁੰਦਾ ਸੀਗਾ, ਸੋ ਫਾਰਮਰ ਉਹਨੂੰ ਅੱਗ ਲਗਾ ਦਿੰਦੇ ਸੀਗੇ ਕਿਉਂਕਿ ਉਹਦਾ ਕੋਈ ਹੀਲਾ ਨਹੀਂ ਹੁੰਦਾ ਸੀਗਾ, ਬਟ ਹੁਣ ਉਹਨੂੰ ਬਾਇਓਫਿਊਲ ਬਣਾਉਣ ਦੇ ਲਈ ਵਰਤਿਆ ਜਾਊਗਾ। ਸੋ ਇਹ ਇਸ ਪਾਲਿਸੀ ਦੇ ਐਡਵਾਂਟੇਜਿਸ ਨੇ। ਸਿਗਨੀਫਿਕੈਂਸ ਕੀ ਹੈ? ਦੇਖੋ, ਸਿਗਨੀਫਿਕੈਂਸ ਉਹੀ ਹੈ ਵੀ ਗਲੋਬਲੀ ਜੇ ਆਪਾਂ ਗੱਲ ਕਰੀਏ ਤਾਂ ਬਾਇਓਫਿਊਲ ਦਾ ਜਿਹੜਾ ਮਤਲਬ ਇਹ ਹੈ, ਇਹਨਾਂ ਨੂੰ ਕਾਫੀ ਜ਼ਿਆਦਾ ਅਟੈਂਸ਼ਨ ਮਿਲ ਰਹੀ ਹੈ ਬਾਇਓਫਿਊਲਸ ਨੂੰ, ਤੇ ਇੰਡੀਆ ਦੇ ਲਈ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਦੇ ਕਈ ਪ੍ਰੋਗਰਾਮ ਚੱਲ ਰਹੇ ਨੇ, ਉਹਨਾਂ ਦੇ ਵਿੱਚ ਇਹ ਆਪਣਾ ਬਖੂਬੀ ਰੋਲ ਨਿਭਾ ਸਕਦਾ ਬਾਇਓਫਿਊਲਸ। ਕਿਵੇਂ? ਇੰਡੀਆ ਦੇ ਮੇਕ ਇਨ ਇੰਡੀਆ ਇਨੀਸ਼ੀਏਟਿਵ ਚੱਲ ਰਹੇ ਨੇ, ਸਵੱਛ ਭਾਰਤ ਅਭਿਆਨ, ਸਕਿੱਲ ਡੈਵਲਪਮੈਂਟ ਮਿਸ਼ਨ, ਠੀਕ ਹੈ, ਇੰਪੋਰਟ ਰਿਡਕਸ਼ਨ, ਫਾਰਮਰ ਦੀ ਜਿਹੜੀ ਇਨਕਮ ਡਬਲ ਕਰਨੀ ਹੈ ਉਹ ਕਿਵੇਂ ਹੋਊਗੀ? ਦੇਖੋ, ਇਕੱਲੇ ਉਹਨਾਂ ਨੂੰ MSP ਦੇਣ ਨਾਲ ਤਾਂ ਉਹਨਾਂ ਦੀ ਇਨਕਮ ਡਬਲ ਹੋਣ ਲੱਗੀ, ਹੋਰ ਕਈ ਆਪਸ਼ਨ ਆਪਾਂ ਨੂੰ ਅਵੇਲ ਕਰਵਾਉਣੇ ਪੈਣਗੇ, ਜਿਵੇਂ ਉਹਨਾਂ ਦਾ ਹੁਣ ਜਿਹੜਾ ਸਰਪਲਸ ਫੂਡ ਗ੍ਰੇਨ ਸੀਗਾ ਉਹ ਖਰੀਦਿਆ ਜਾਊਗਾ, ਦੂਸਰਾ ਉਹਨਾਂ ਦਾ ਜਿਹੜਾ ਪਰਾਲੀ ਹੋਊਗੀ ਜਿਹੜਾ ਮਤਲਬ ਫੂਡ ਦਾ ਵੇਸਟ ਪ੍ਰੋਡਕਟ ਹੋਊਗਾ ਉਹ ਖਰੀਦਿਆ ਜਾਊਗਾ, ਤੇ ਉਹਦੇ ਤੋਂ ਬਾਇਓਫਿਊਲ ਬਣਾਇਆ ਜਾਊਗਾ, ਠੀਕ ਹੈ, ਜਿਹਨੂੰ ਉਹ ਅੱਗੇ ਅੱਗ ਲਗਾ ਦਿੰਦੇ ਸੀਗੇ ਉਹਨੂੰ ਹੁਣ ਸਰਕਾਰ ਖਰੀਦੂਗੀ। ਸੋ ਇਹਦੇ ਨਾਲ ਫਾਰਮਰ ਦੀ ਜਿਹੜੀ ਇਨਕਮ ਡਬਲ ਕਰਨੀ ਹੈ ਉਹਦੇ ਉਹਨੂੰ ਵੀ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਹੈਲਪ ਮਿਲੂਗੀ। ਉਸ ਤੋਂ ਬਾਅਦ ਵੇਸਟ ਟੂ ਵੈਲਥ ਕ੍ਰੀਏਸ਼ਨ, ਇਹ ਆਪਾਂ ਪੜ੍ਹੇ ਲਿਆ, ਠੀਕ ਹੈ, ਜਿਹੜਾ ਵੇਸਟ ਪ੍ਰੋਡਕਟ ਹੈਗਾ ਉਹਦੇ ਤੋਂ ਬਾਇਓਫਿਊਲ ਬਣਾਇਆ ਜਾ ਸਕਦਾ। ਸੋ ਇਹ ਸਿਗਨੀਫਿਕੈਂਸ ਹੈ। ਅੱਛਾ, ਹੁਣ ਆਪਾਂ ਬਾਇਓਫਿਊਲ ਦੀ ਕਲਾਸੀਫਿਕੇਸ਼ਨ ਆਪਾਂ ਪੜ੍ਹਦੇ ਹਾਂ ਵੀ 1G 2G ਤੇ 3G ਬਾਇਓਫਿਊਲ ਕੀ ਨੇ। ਜਿਹੜੇ ਫਸਟ ਜਨਰੇਸ਼ਨ ਬਾਇਓਫਿਊਲ ਹੋ ਗਏ ਇਹ ਮੋਸਟਲੀ ਜਿਹੜੇ ਫੂਡ ਪ੍ਰੋਡਕਟਸ ਹੋ ਗਏ ਉਹਨਾਂ ਤੋਂ ਬਣਦੇ ਨੇ, ਠੀਕ ਹੈ, ਸਟਾਰਚ, ਸ਼ੂਗਰ, ਵੈਜੀਟੇਬਲ ਆਇਲਸ, ਠੀਕ ਹੈ, ਇਹ ਫਸਟ ਜਨਰੇਸ਼ਨ ਦੇ ਵਿੱਚ ਆਉਂਦੇ ਨੇ, ਠੀਕ ਹੈ। ਇਹਨਾਂ ਨੇ ਲਿਖਿਆ ਐਨੀ ਬਾਇਓਫਿਊਲ ਮੇਡ ਫਰੋਮ ਏ ਫੀਡ ਸਟੋਕ ਦੈਟ ਕੈਨ ਬੀ ਕੰਜ਼ਿਊਮਡ ਐਜ਼ ਏ ਹਿਊਮਨ ਫੀਡ ਹਿਊਮਨ ਫੂਡ ਇਜ਼ ਕੰਸੀਡਰ ਐਜ਼ ਫਸਟ ਜਨਰੇਸ਼ਨ ਬਾਇਓਫਿਊਲ, ਠੀਕ ਹੈ, ਮਤਲਬ ਮੋਸਟਲੀ ਜਿਹੜੇ ਫੂਡ ਪ੍ਰੋਡਕਟਸ ਹੁੰਦੇ ਨੇ ਉਹਨਾਂ ਤੋਂ ਫਸਟ ਜਨਰੇਸ਼ਨ ਬਾਇਓਫਿਊਲ ਬਣਦਾ। ਸੈਕੰਡ ਜਨਰੇਸ਼ਨ ਬਾਇਓਫਿਊਲ ਕਿਹੜਾ ਹੁੰਦਾ? ਜਿਹੜੇ ਫਸਟ ਜਨਰੇਸ਼ਨ ਬਾਇਓਫਿਊਲ ਦਾ ਜਿਹੜਾ ਵੇਸਟ ਪ੍ਰੋਡਕਟ ਹੁੰਦਾ, ਠੀਕ ਹੈ, ਫੂਡ ਜਿਹੜਾ ਫੂਡ ਕ੍ਰੋਪਸ ਹੁੰਦੇ ਨੇ ਉਹਨਾਂ ਦਾ ਜਿਹੜਾ ਵੇਸਟ ਪ੍ਰੋਡਕਟ ਹੁੰਦਾ ਉਹਦੇ ਤੋਂ ਜਿਹੜਾ ਬਾਇਓਫਿਊਲ ਬਣਾਇਆ ਜਾਂਦਾ ਉਹ ਸੈਕੰਡ ਜਨਰੇਸ਼ਨ ਬਾਇਓਫਿਊਲ ਹੁੰਦਾ। ਇਹਦੀ ਐਗਜ਼ਾਮਪਲ ਕੀ ਹੈ? ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਪਿੱਛੇ ਪਰਾਲੀ ਵਗੈਰਾ ਹੋ ਗਏ, ਠੀਕ ਹੈ, ਉਹਦੇ ਤੋਂ ਜਿਹੜਾ ਇਥੇਨੋਲ ਬਣਾਇਆ ਜਾਊਗਾ ਉਹ ਸੈਕੰਡ ਜਨਰੇਸ਼ਨ ਬਾਇਓਫਿਊਲ ਹੋਗਾ, ਠੀਕ ਹੈ। ਜਿਹੜਾ ਬਠਿੰਡਾ ਦੇ ਵਿੱਚ ਪਲਾਂਟ ਲੱਗੂਗਾ 2G ਇਥੇਨੋਲ ਦਾ, ਉਹ ਜਿਹੜਾ ਫਾਰਮ ਦੇ ਜੀਡੀ ਦੀ ਜਿਹੜੀ ਪਰਾਲੀ ਹੋਊਗੀ, ਸਟਰੋ ਹੋਊਗੀ, ਪੈਡੀ ਸਟਰੋ, ਉਹਨੂੰ ਮਤਲਬ ਉਹਦੇ ਨੂੰ ਬਾਇਓਫਿਊਲ ਬਣਾਉਣ ਦੇ ਲਈ ਹੈਲਪ ਲੈਣਗੇ, ਠੀਕ ਹੈ, ਉਹਦੇ ਤੋਂ ਇਹ ਬਾਇਓਫਿਊਲ ਬਣਾਉਣਗੇ, 2G ਇਥੇਨੋਲ ਬਣਾਉਣਗੇ, ਉਹ ਸੈਕੰਡ ਜਨਰੇਸ਼ਨ ਬਾਇਓਫਿਊਲ ਹੋਗਾ। ਥਰਡ ਜਨਰੇਸ਼ਨ ਬਾਇਓਫਿਊਲ ਹੋਗਾ, ਇਹਦੇ ਵਿੱਚ ਮੋਸਟ ਜਿਹੜੇ ਐਲਗੀ ਤੋਂ ਬਾਇਓਫਿਊਲ ਬਣਾਇਆ ਜਾਊਗਾ, ਠੀਕ ਹੈ, ਐਲਗੀ ਤੋਂ ਇਹ ਬਾਇਓਫਿਊਲ ਬਣਾਏ ਜਾਣਗੇ, ਤੇ ਇਹ ਜਿਹੜੇ ਫਸਟ ਤੇ ਸੈਕੰਡ ਜਨਰੇਸ਼ਨ ਬਾਇਓਫਿਊਲ ਦੇ ਡਰਾਬੈਕਸ ਨੇਗੇ ਉਹਨੂੰ ਐਲੀਮੀਨੇਟ ਕਰੂਗਾ ਥਰਡ ਜਨਰੇਸ਼ਨ, ਠੀਕ ਹੈ। ਬਟ ਇਹਨੂੰ ਥਰਡ ਜਨਰੇਸ਼ਨ ਬਾਇਓਫਿਊਲ ਨੂੰ ਬਣਾਉਣਾ ਕਾਫੀ ਜ਼ਿਆਦਾ ਇੱਕ ਆਪਣੇ ਆਪ 'ਚ ਔਖਾ ਕੰਮ। ਆਹ ਦੇਖੋ, ਜਿਹੜਾ ਪਲਾਂਟ ਕ੍ਰੋਪਸ ਨੇਗੇ ਉਹਨਾਂ ਤੋਂ ਮਤਲਬ ਇਹ ਇਥੇਨੋਲ ਬਣਾ ਰਹੇ, ਠੀਕ ਹੈ, ਆਹ ਦੇਖੋ ਸੈਲੂਲੋਜ਼ਿਕ ਇਥੇਨੋਲ, ਇਹਨੂੰ ਹੁਣ ਫਰਮੈਂਟੇਸ਼ਨ ਕਰਨਗੇ, ਠੀਕ ਹੈ, ਆਹ ਦੇਖੋ ਫਰਮੈਂਟੇਸ਼ਨ ਹੋ ਰਿਹਾ, ਸੋ ਇਹਦੇ ਤੋਂ 2G ਇਥੇਨੋਲ ਬਣਾਈ ਜਾਊਗੀ, ਠੀਕ ਹੈ। ਹੁਣ ਫਰਮੈਂਟੇਸ਼ਨ ਤੇ ਬਾਇਓਡੀਜ਼ਲ ਕਿਵੇਂ ਬਣਦਾ? ਦੇਖੋ, ਜਿਹੜੀ ਤਾਂ ਇਥੇਨੋਲ ਹੈਗੀ ਉਹਨੂੰ ਤਾਂ ਫਰਮੈਂਟੇਸ਼ਨ ਕਰਕੇ ਬਾਇਓਫਿਊਲ ਬਣਾਇਆ ਜਾਂਦਾ, ਠੀਕ। ਜੇ ਆਪਾਂ ਬਾਇਓਡੀਜ਼ਲ ਦੀ ਗੱਲ ਕਰੀਏ ਤਾਂ ਜੈਟਰੋਫਾ ਮਤਲਬ ਕਿ ਟ੍ਰੀ ਹੈਗਾ, ਦਰਖਤ, ਜੈਟਰੋਫਾ ਆਇਲ, ਠੀਕ ਹੈ, ਉਹਦੇ ਸੀਡਸ ਤੋਂ ਜਿਹੜਾ ਆਇਲ ਬਣਦਾ, ਠੀਕ ਹੈ, ਮਹੂਆ ਟ੍ਰੀ ਹੋ ਗਿਆ, ਤਾਂ ਉਹਨਾਂ ਤੋਂ ਜਿਹੜਾ ਬਣਦਾ ਉਹਨੂੰ ਬਾਇਓਡੀਜ਼ਲ
ਅੱਛਾ ਹੁਣ ਆਪਾਂ ਬਾਇਓ ਜਿਹੜੀ ਬਾਇਓਫਿਊਲ ਪਾਲਿਸੀ ਸੀਗੀ ਇਹਦੇ ਕੀ ਕੀ ਫਾਇਦੇ ਨੇ ਕੀ ਐਡਵਾਂਟੇਜਿਸ ਨੇ ਤੇ ਇੰਡੀਆ ਦੇ ਵਿੱਚ ਇਹਦੀ ਕੀ ਕੀ ਸਿਗਨੀਫਿਕੈਂਸ ਹੈ ਇਹ ਸਭ ਤਾਂ ਆਪਾਂ ਪੜ੍ਹ ਲਿਆ ਬਟ ਕਈ ਅਸੰਪਸ਼ਨ ਅਜਿਹੀਆਂ ਨੇ ਜਿਹੜੀਆਂ ਇਹਦੇ ਮਤਲਬ ਉਲਟ ਨੇਗੇ ਠੀਕ ਹੈ ਮਤਲਬ ਇਹਦਾ ਕੋਈ ਨੁਕਸਾਨ ਹੈਗਾ ਹੈਗੇ ਨੇ ਕੁਝ ਨੁਕਸਾਨ ਇਹਦੇ ਹੈਗੇ ਨੇ ਸਭ ਤੋਂ ਪਹਿਲੀ ਇਹ ਕਹਿੰਦੇ ਨੇ ਜੀ ਚੇਂਜ ਲੈਂਡ ਯੂਜ਼ ਗਲੋਬਲੀ ਅੱਛਾ ਇਹਦਾ ਮਤਲਬ ਇਹ ਹੈ ਜਿਹੜੀ ਧਰਤੀ ਮਤਲਬ ਜਿਹੜੀ ਜ਼ਮੀਨ ਦੇ ਵਿੱਚ ਅੱਗੇ ਆਪਾਂ ਕਣਕ ਦੇ ਇਕੱਲੇ ਜ਼ੀਰੀ ਲਾਉਂਦੇ ਸੀਗੇ ਹੁਣ ਬਾਇਓ ਬਾਇਓਫਿਊਲ ਬਣਾਉਣ ਦੇ ਲਈ ਸ਼ੂਗਰ ਕੇਨ ਵਗੈਰਾ ਕੋਰਨ ਮੱਕੀ ਹੋਊਗੀ ਉਹਨਾਂ ਦੀ ਪ੍ਰੋਡਕਸ਼ਨ ਵਧੂਗੀ ਠੀਕ ਹੈ ਤੇ ਇਹਨਾਂ ਦੀ ਪ੍ਰੋਡਕਸ਼ਨ ਘਟੂਗੀ ਠੀਕ ਹੈ ਜਿਹੜੇ ਮਤਲਬ ਮੇਨ ਜਿਹੜੇ ਫੂਡ ਕ੍ਰੋਪਸ ਨੇ ਇਹਨਾਂ ਦੀ ਪ੍ਰੋਡਕਸ਼ਨ ਘਟੂਗੀ ਪੈਸੇ ਦੇ ਮਤਲਬ ਪੈਸੇ ਕਮਾਉਣ ਦੇ ਲਈ ਸੋ ਉਹਨਾਂ ਬਾਕੀ ਫੂਡ ਕ੍ਰੋਪਸ ਦੀ ਜਿਹੜੀ ਮਤਲਬ ਪ੍ਰੋਡਕਸ਼ਨ ਆ ਉਹ ਵਧੂਗੀ ਠੀਕ ਹੈ ਹੁਣ ਜਿਹੜੇ ਉਹ ਫੂਡ ਕ੍ਰੋਪਸ ਦੀ ਪ੍ਰੋਡਕਸ਼ਨ ਵਧੂਗੀ ਤਾਂ ਉਹਨਾਂ ਨੂੰ ਮਤਲਬ ਗਰੋ ਕਰਨ ਦੇ ਲਈ ਪਾਣੀ ਦੀ ਵਰਤੋਂ ਕਾਫੀ ਜ਼ਿਆਦਾ ਹੋਊਗੀ ਸੋ ਆਪਣਾ ਜਿਹੜਾ ਪਾਣੀ ਦਾ ਮਤਲਬ ਵੇਸਟ ਜਾਗੇ ਉਹ ਵੀ ਕਾਫੀ ਜ਼ਿਆਦਾ ਹੋਊਗੀ ਠੀਕ ਹੈ ਤੇ ਬਾਇਓਫਿਊਲ ਜਿਹੜੀ ਪ੍ਰੋਡਕਸ਼ਨ ਹੈਗੀ ਉਹ ਆਪਦੇ ਆਪ ਜਿਹੜਾ ਕੋਸਟਲੀ ਪ੍ਰੋਸੈਸ ਹੈ ਠੀਕ ਹੈ ਬਾਇਓਫਿਊਲ ਬਣਾਉਣਾ ਐਡਾ ਸਸਤਾ ਨਹੀਂ ਪੈਂਦਾ ਕਾਫੀ ਜ਼ਿਆਦਾ ਮਹਿੰਗਾ ਕੋਸਟਲੀ ਪੈਂਦਾ ਠੀਕ ਹੈ ਇੱਕ ਤਾਂ ਇਹ ਡਰੋਬੈਕ ਹੋ ਗਿਆ ਠੀਕ ਹੈ ਉਸ ਤੋਂ ਇਲਾਵਾ ਜੇ ਆਪਾਂ ਫਰਜ਼ ਕਰੋ ਜਿਹੜੇ ਕ੍ਰੋਪ ਫੂਡ ਕ੍ਰੋਪਸ ਨੇਗੀਆਂ ਉਹਨਾਂ ਦੀ ਹੁਣ ਡਿਮਾਂਡ ਵਧੂਗੀ ਕਿਉਂ ਵਧੂਗੀ ਕਿਉਂਕਿ ਬਾਇਓਫਿਊਲ ਬਣਾਉਣ ਦੇ ਲਈ ਜੇ ਪ੍ਰੋਡਕਸ਼ਨ ਉਹਨਾਂ ਦੀ ਪ੍ਰੋਡਕਸ਼ਨ ਕਰਨ ਦੇ ਲਈ ਆਪਾਂ ਨੂੰ ਕ੍ਰੋਪਸ ਜਿਹੜਾ ਫੂਡ ਕ੍ਰੋਪਸ ਦਾ ਮਤਲਬ ਚਾਹੀਦਾ ਆਪਾਂ ਨੂੰ ਮੱਕੀ ਵਗੈਰਾ ਚਾਹੀਦਾ ਠੀਕ ਹੈ ਉਹਨਾਂ ਦੀ ਡਿਮਾਂਡ ਵਧੂਗੀ ਤੇ ਡਿਮਾਂਡ ਵਧੀ ਤਾਂ ਉਹਨਾਂ ਦੀ ਜਿਹੜੀ ਪ੍ਰਾਈਸ ਹੈਗੀ ਜਿਹੜੇ ਆਪਣੇ ਸਟੈਪਲ ਫੂਡ ਕ੍ਰੋਪਸ ਹੋਗੇ ਉਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ ਵੀ ਆਟੋਮੈਟਿਕਲੀ ਵਧੂਗੀ ਠੀਕ ਹੈ ਉਸ ਤੋਂ ਇਲਾਵਾ ਮਤਲਬ ਜਿਹੜੀ ਫੋਰੈਸਟ ਡੀਫੋਰੈਸਟੇਸ਼ਨ ਹੋਣੀ ਹੈ ਉਹ ਵੀ ਵਧੂਗੀ ਕਿਉਂਕਿ ਬਾਇਓਫਿਊਲ ਪ੍ਰੋਡਕਸ਼ਨ ਕਾਹਦੇ ਬਸ ਇਹਨਾਂ ਲਿਖਿਆ ਬਾਇਓਫਿਊਲ ਪ੍ਰੋਡਕਸ਼ਨ ਲੀਡਸ ਟੂ ਕਨਵਰਜਨ ਆਫ ਫੋਰੈਸਟ ਏਰੀਆ ਇੰਟੂ ਏਰੀਏਬਲ ਲੈਂਡ ਐਂਡ ਹੈਂਸ ਐਡਸ ਟੂ ਕਾਰਬਨ ਐਮਿਸ਼ਨ ਅੱਛਾ ਹੁਣ ਇਹਨਾਂ ਨੇ ਇਹ ਕਹਿ ਰਹੇ ਨੇ ਵੀ ਬਾਇਓਫਿਊਲ ਪ੍ਰੋਡਕਸ਼ਨ ਆਪਣਾ ਜਿਹੜਾ ਫੋਰੈਸਟ ਹੁਣ ਲੈਂਡ ਹੋਊਗੀ ਉਹਨੂੰ ਮਤਲਬ ਏਰੀਏਬਲ ਲੈਂਡ ਦੇ ਵਿੱਚ ਕਨਵਰਟ ਕਰਨਗੇ ਠੀਕ ਹੈ ਕਿਉਂਕਿ ਵੱਧ ਆਪਾਂ ਨੂੰ ਕ੍ਰੋਪਸ ਚਾਹੀਦੇ ਨੇ ਕਿ ਬਾਇਓਫਿਊਲ ਬਣਾਉਣ ਦੇ ਲਈ ਤੇ ਉਹ ਕਾਰਬਨ ਐਮਿਸ਼ਨ ਦੇ ਲਈ ਮਤਲਬ ਇਹਨਾਂ ਨਾਲ ਉਲਟ ਹੋਊਗਾ ਠੀਕ ਹੈ ਇਨਵਾਇਰਮੈਂਟ ਦੇ ਉਲਟ ਹੋਊਗਾ ਤੋਂ ਇਹਦੇ ਕੁਝ ਕੁ ਡਰੋਬੈਕਸ ਵੀ ਨੇ ਬਟ ਮੋਸਟਲੀ ਇਹਦੀਆਂ ਬਾਇਓਫਿਊਲ ਹੈਗਾ ਜਿਹੜਾ ਇਹਦੀਆਂ ਐਡਵਾਂਟੇਜਿਸ ਵੀ ਨੇ ਸੋ ਇਹ ਸੀ ਸਾਰਾ ਅੱਜ ਦਾ ਆਪਣਾ ਟੋਪਿਕ ਬਾਇਓਫਿਊਲ ਕਿਵੇਂ ਮਤਲਬ ਜਿਹੜੀ ਇਹ ਨੈਸ਼ਨਲ ਸਰਕਾਰ ਦੀ ਨੈਸ਼ਨਲ ਬਾਇਓਫਿਊਲ ਪਾਲਿਸੀ ਹੈ ਜਾਂ ਨੈਸ਼ਨਲ ਪਾਲਿਸੀ ਔਨ ਬਾਇਓਫਿਊਲ ਹੈ ਆਪਾਂ ਇਹਦੇ ਬਾਰੇ ਅੱਜ ਵਿਚਾਰ ਕੀਤਾ ਆਉਣ ਵਾਲੇ ਦਿਨਾਂ ਵਿੱਚ ਆਪਾਂ ਹੋਰ ਨਵੇਂ ਨਵੇਂ ਟੋਪਿਕਸ ਦੇ ਨਾਲ ਮਿਲਦੇ ਰਹਾਂਗੇ ਧੰਨਵਾਦ